ਗਰਮੀਆਂ ਵਾਲੀ ਗੋਭੀ ਦੀ ਬਜਾਈ ਕਰ ਰਹੇ ਆ ਜੀ ਪਨੀਰੀ ਦੀ ਦੇਖੋ ਮਸ਼ੀਨ ਦੇ ਨਾਲ ਬਜਾਈ ਕਰਾਂਗੇ ਬੈਡ ਸਾਡੇ ਤਿਆਰ ਹੈ ਤੇ ਇਹ ਜਿਹੜੀ ਹੈ ਜੀ ਅਸੀਂ ਫਰਵਰੀ ਦੀ ਲਗਭਗ 13 14 ਤਰੀਕ ਨੂੰ ਪਨੀਰੀ ਦੀ ਬਜਾਈ ਕਰ ਰਹੇ ਆ ਤਾਂ 25 22 ਤੋਂ 25 ਦਿਨਾਂ ਅੰਦਰ ਜੀ ਸਾਡੀ ਜਿਹੜੀ ਪਨੀਰੀ ਹੈ ਵਧੀਆ ਤਰੀਕੇ ਨਾਲ ਤਿਆਰ ਹੋ ਜੂਗੀ ਤੇ ਮਾਰਚ ਦੇ ਵਿੱਚ ਅਸੀਂ ਇਹਦੀ ਜਿਹੜੀ ਲਵਾਈਓ ਕਰ ਦਾਂਗੇ ਤੇ ਲਗਭਗ ਇਹ ਪਨੀਰੀ ਦੇ ਲਗ ਲਾਉਣ ਤੋਂ 90 ਦਿਨਾਂ ਦੇ ਅੰਦਰ ਅੰਦਰ ਇਹ ਜਿਹੜੀ ਵੈਰੈਟੀ ਤਿਆਰ ਹੋ ਜਾਂਦੀ ਵੈਸੇ ਤਾਂ 75 ਦਿਨਾਂ ਦੇ ਵਿੱਚ ਵਿੱਚ ਹੀ ਹੋ ਜਾਂਦੀ ਪਰ ਮੈਂ 90 ਦਿਨ ਕਹ ਰਿਹਾ ਤਾਂ ਪੂਰੇ ਗਰਮੀਆਂ ਦੇ ਵਿੱਚ ਇਹ ਜਿਹੜੀ ਗੋਭੀ ਇਹ ਨਿਕਲਦੀ ਆ ਵਧੀਆ ਤਰੀਕੇ ਦੇ ਨਾਲ ਚਿੱਟਾ ਫੁੱਲ ਇਹਦਾ ਬਣ ਜਾਂਦਾ ਹੈ ਜੀ ਵੈਰੈਟੀ ਤੁਸੀਂ ਆਪ ਦੇਖ ਰਹੇ ਹੋ ਸੀਡ ਦਾ ਕਾਫੀ ਮਹਿੰਗਾ ਹੈ ਜੀ ਇਹਦਾ 80000 ਦੇ ਲਗਭਗ ਰੇਟ ਕਿਹੜਾ ਚੱਲਦਾ ਹੈ ਜੀ ਪ੍ਰਤੀ ਕਿਲੋ ਦੇ ਹਿਸਾਬ ਨਾਲ 70000 ਪਲੱਸ ਹੀ ਰੇਟ ਚੱਲਦਾ ਹੈ ਜੀ ਇਹਦਾ ਕਿਸੇ ਵੀ ਵੀਰ ਮਿੱਤਰ ਨੂੰ ਪਨੀਰੀ ਚਾਹੀਦੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਇਹਦੀ ਪਨੀਰੀ ਸਿਰਫ ਅਸੀਂ ਬੁਕਿੰਗ ਤੇ ਪ੍ਰੋਵਾਈਡ ਕਰਾਵਾਂਗੇ ਰੇਟ ਵਗੈਰਾ ਜਿਹੜਾ ਸਾਰਾ ਕੁਝ ਔਨ ਕਾਲ ਦੱਸ ਦਿੱਤਾ ਜਾਊਗਾ ਸਕਰੀਨ ਤੇ ਨੰਬਰ ਤੁਹਾਨੂੰ ਮਿਲ ਰਿਹਾ ਤਾਂ ਇਸ ਦੇ ਸਬੰਧ ਚ ਪੂਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਵੇਂ ਪਨੀਰੀ ਬੀਜਣੀ ਹੈ ਜੀ ਜੇ ਤਾਂ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ Facebook ਤੇ ਦੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਆ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਇਹਦੀ ਲਵਾਈ ਲਈ ਆਪਾਂ ਨੂੰ 22000 ਬੂਟਾ ਪ੍ਰਤੀ ਤੇ ਲਵਾਈ ਲਵਾਈ ਦੇ ਲਈ ਤੈਨੂੰ ਜਿਹੜੀਆਂ ਖੇਤਾਂ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਵੈਸੇ ਗੋਭੀ ਸੰਬੰਧੀ ਆਪਣੀਆਂ ਪਹਿਲੀਆਂ ਵੀਡੀਓ ਬਣੀਆਂ ਹੋਈਆਂ ਆ ਜੀ ਤੇ ਇਹ ਜਦੋਂ ਕਿ ਗੋਭੀ ਦੀ ਇਹ ਵੈਰਾਈ ਨਿਕਲਦੀ ਜਦੋਂ ਸਾਨੂੰ ਵਧੀਆ ਭਾਅ ਆ ਮਿਲਣ ਦੀ ਉਮੀਦ ਰਹਿੰਦੀ ਲਗਭਗ 30 ਪਲੱਸ ਇਹਦਾ ਭਾਅ ਮਿਲਣ ਦੀ ਉਮੀਦ ਰਹਿੰਦੀ ਹੈ ਤੇ ਇਹਦੀ ਕੁਆਲਿਟੀ ਆ ਜਿਹੜੀ ਲਗਭਗ ਕਿਲੋ ਤੋਂ 7 ਕਿਲੋ ਦਾ ਫੁੱਲ ਸਾਡਾ ਜਿਹੜਾ ਇਹ ਬਣ ਜਾਂਦਾ ਚੰਗੀ ਤਰ੍ਹਾਂ ਸੰਭਾਲ ਦੀ ਲੋੜ ਜੇ ਸੰਭਾਲ ਲਈਏ ਤੇ ਦੋ ਇੱਕ ਤੋਂ ਦੋ ਇਹਨੂੰ ਗੋਡੀਆਂ ਵਗੈਰਾ ਕਰਨੀਆਂ ਪੈਣਗੀਆਂ ਤਾਂ ਮਿੱਟੀ ਲਾਉਣ ਦੀ ਲੋੜ ਪੈਣੀ ਹੈ ਕਿਉਂਕਿ ਉਹਨਾਂ ਦਿਨਾਂ ਕਿ ਇਹਨੂੰ अर्ਲੀ ਥੋੜਾ ਜਿਆਦਾ ਇਹਦੇ ਪੱਤਿਆਂ ਦਾ ਸਾਈਜ਼ ਆਪਾਂ ਨੂੰ ਵਧਾਉਣਾ ਪੈਂਦਾ ਜਿੰਨਾ ਚਿਰ ਅਸੀਂ ਇਹਦੇ ਪੱਤਿਆਂ ਦਾ ਸਾਈਜ਼ ਨਹੀਂ ਵਧਾਉਂਦੇ ਉਹਨਾਂ ਚਿਰ ਸਾਡਾ ਫੁੱਲ ਹੈ ਜਿਹੜਾ ਉਹ ਟੱਕਿਆ ਨਹੀਂ ਰਹਿੰਦਾ ਜੇ ਪੱਤੇ ਛੋਟੇ ਰਹਿਣਗੇ ਤਾਂ ਫੁੱਲ ਹੈ ਜਿਹੜਾ ਉਹ ਤੋਨੂ ਸਿੱਧੀ ਤੋਂ ਪੈਂਦੀ ਹੈ ਤਾਂ ਉਹ ਪੀਲੇ ਪੰਨ ਦਾ ਸ਼ਿਕਾਰ ਹੋ ਜਾਂਦਾ ਕੈਲਸ਼ੀਅਮ ਇਹ ਚ ਯੂਜ਼ ਕਰਨੀ ਪੈਂਦੀ ਹੈ ਜੀ ਬਾਕ ਤੇ ਤੁਹਾਡੇ ਨਾਲ ਜਿਹੜੀ ਪੂਰੀ ਵੀਡੀਓ ਸਾਂਝੀ ਕਰਾਂਗੇ ਫਿਲਹਾਲ ਇਹ ਪਨੀਰੀ ਬੀਜਣ ਦੀ ਹੈ ਕਿ ਕਿਹੜੇ ਤਰੀਕੇ ਨਾਲ ਸੇ ਪਨੀਰੀ ਬੀਜਣੀ ਹੈ ਇਸ ਤਰੀਕੇ ਦੇ ਨਾਲ ਇਹ ਲਾਈਨਾਂ ਦੇ ਵਿੱਚ ਜਿਹੜੇ ਸੀਡ ਇਹ ਪੈਂਦੇ ਜਾ ਰਹੇ ਨੇ ਆਟੋਮੈਟਿਕਲੀ ਇਹਦਾ ਪਨੀਰੀ ਬਜਾਈ ਕਰਨੀ ਆ ਪਨੀਰੀ ਦੀ ਬਜਾਈ ਕਰਨ ਤੋਂ ਬਾਅਦ ਅਸੀਂ ਇਹਦੇ ਉੱਪਰ ਸੇਲਾ ਪlant ਵਾਲੀ ਰਾਖ ਹੈ ਜਿਹੜੀ ਹਲਕੀ-ਹਲਕੀ ਜੀ ਪਾ ਦੇਣੀ ਹੈ ਸੇਲਾ ਪਲਾਂਟ ਵਾਲੀ ਰਾਖਪਾ ਕਿਤੇ ਉੱਪਰ ਤੋਂ ਇਹਨੂੰ ਸਪ੍ਰਿੰਕਲਰ ਸਿਸਟਮ ਸਾਡੇ ਕੋਲ ਲੱਗਾ ਹੈ ਇਹਦੇ ਨਾਲ ਅਸੀਂ ਪਾਣੀ ਲਾ ਦਾਂਗੇ ਤਾਂ ਜੇ ਤੁਹਾਡੇ ਕੋਲ ਸਪ੍ਰਿੰਕਲਰ ਸਿਸਟਮ ਨਹੀਂ ਹੈਗਾ ਤੁਸੀਂ ਸਪਰੇ ਪੰਪ ਵਗੈਰਾ ਨਾਲ ਪਾਣੀ ਲਾ ਸਕਦੇ ਹੋ ਉਹਦੇ ਨਾਲ ਤੁਹਾਡੀ ਜਿਹੜੀ ਜਰਮੀਨੇਸ਼ਨ ਪਰਫੈਕਟ ਹੋ ਜੂਗੀ ਜੇ ਤੁਸੀਂ ਛੇਤੀ ਤਿਆਰ ਕਰਨਾ ਚਾਹੁੰਦੇ ਹੋ ਥੋੜੀ ਜਿਹੀ ਪਨੀਰੀ ਤਾਂ ਤੁਸੀਂ ਇੱਥੇ ਦੋ ਇੱਕ ਦੋ ਦਿਨ ਤੇ ਪੋਲੀਥੀਨ ਦਾ ਲਫਾਫਾ ਜਿਹੜਾ ਉਹ ਪਾ ਸਕਦੇ ਹੋ ਨਾਰਮਲ ਜਿੱਦਾਂ ਉਧਰ ਪਿਆ ਹੋਇਆ ਹੈ ਜੀ ਉਸ ਤਰੀਕੇ ਨਾਲ ਲਫਾਫਾ ਪਾ ਸਕਦੇ ਹੋ ਜੇ ਉੱਪਰ ਨਹੀਂ ਚੁਕਣਾ ਤਾਂ ਜ਼ਮੀਨ ਦੇ ਨਾਲ ਵਿਛਾ ਕੇ ਵੀ ਲਫਾਫਾ ਪਾ ਸਕਦੇ ਹੋ ਉਹਦੇ ਨਾਲ ਵੀ ਜਿਹੜੀ ਤੁਹਾਡੀ ਪਨੀਰੀ ਹੈ ਉਹ ਵਧੀਆ ਤਿਆਰ ਹੋ ਜੂਗੀ ਲਫਾਫਾ ਜਿਹੜਾ ਜ਼ਮੀਨ ਦੇ ਨਾਲ ਜੇ ਆਪਾਂ ਵਿਛਾ ਦਈਏ ਤੇ ਤਾਂ ਉਹਦੇ ਨਾਲ ਪਨੀਰੀ ਜਿਹੜੀ ਪਰਫੈਕਟ ਤਿਆਰ ਹੋ ਜਾਂਦੀ ਹੈ ਇਹਦਾ ਕੋਈ ਇਸ਼ੂ ਨਹੀਂ ਜੀ ਤੇ ਜਿੱਦਣ ਕਿ ਤੁਹਾਡੀ ਪਨੀਰੀ ਉਗਣੀ ਸ਼ੁਰੂ ਹੋ ਜਾਏ ਉਸ ਤੋਂ ਬਾਅਦ ਜਿਹੜਾ ਲਫਾਫਾ ਉੱਪਰ ਤੋਂ ਚੁੱਕ ਦੋ ਤੇ ਲੋੜ ਮੁਤਾਬਕ ਪਾਣੀ ਦਿੰਦੇ ਰਹੋ ਕੋਈ ਖਾਦ ਵਗੈਰਾ ਦੀ ਨੂੰ ਬਹੁਤੀ ਜਿਆਦਾ ਜ਼ਰੂਰਤ ਨਹੀਂ ਪੈਂਦੀ ਲੋੜ ਪੈਣ ਤੇ ਫੰਗੀ ਸਾਈਡ ਦੀਆਂ ਸਾਨੂੰ ਸਪਰੇਅ ਇਹਦੇ ਵਿੱਚ ਕਰਨੀਆਂ ਪੈਂਦੀਆਂ ਨੇ ਤੇ ਦਾਣੇ ਤੋਂ ਦਾਣੇ ਦੀ ਦੂਰੀ ਵੇਖ ਲਓ ਜਿੱਥੇ ਪਰਫੈਕਟ ਹੈ ਜੇ ਤੁਸੀਂ ਚਾਹੋ ਤਾਂ ਇਤੋਂ ਨੇੜੇ ਵੀ ਦਾਣੇ ਦੀ ਬਜਾਈ ਕਰ ਸਕਦੇ ਹੋ ਇਹ ਚ ਮਸ਼ੀਨ ਦੇ ਵਿੱਚ ਸਾਰੀਆਂ ਐਡਜਸਟਮੈਂਟਾਂ ਹੋ ਜਾਂਦੀਆਂ ਨੇ ਤੁਸੀਂ ਕਿੱਡੀ ਕੇ ਦੂਰ ਹੈ ਜਿਹੜਾ ਦਾਣੇ ਤੋਂ ਦਾਣੇ ਦਾ ਸਾਈਜ਼ ਉਹ ਰੱਖਣਾ ਤੇ ਬਜਾਈ ਇਹਦੇ ਨਾਲ ਕਾਫੀ ਜਲਦੀ ਹੋ ਜਾਂਦੀ ਹੈ ਜੀ ਬਹੁਤ ਹੀ ਜ਼ਿਆਦਾ ਸਾਨੂੰ ਜੇ ਹੱਥ ਨਾਲ ਬਜਾਈ ਕਰੀਏ ਤਾਂ ਟਾਈਮ ਬਹੁਤ ਜ਼ਿਆਦਾ ਲੱਗਦਾ ਇਹਦੇ ਨਾਲ ਉਹ ਟਾਈਮ ਦੀ ਸਾਡੀ ਬਹੁਤ ਜ਼ਿਆਦੀ ਬਚਤ ਹੋ ਜਾਂਦੀ ਹੈ ਜੇ ਤਾਂ ਵੀਡੀਓ ਦੀ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਪਨੀਰੀ ਦੀ ਬੁਕਿੰਗ ਕਰਾਉਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ